वाहे गुरु जी का खालसा वाहे गुरु जी की फतेह। अनमोल विचार चैनल विच तुहाडा स्वागत है। अपनी अज दी वीडियो उन्हां दे लई आ जो पैसे करके दुखी अते परेशान रहिंदे ने। ओह कहिंदे आ कि साडे घर दे विच गरीबी आ, पैसे दी तंगी आ, सानूं दसो कि असीं ऐसा की करिए जिहदे नाल साडे घर दे विच बहुत सारा पैसा आवे। ਉਹ ਪੈਸਾ ਕਮਾਉਣ ਦੇ, ਪੈਸੇ ਨੂੰ ਵਧਾਉਣ ਦੇ ਢੰਗ ਤਰੀਕੇ ਜੁਗਤੀਆਂ ਪੁੱਛਦੇ ਨੇ। ਉਹ ਕਹਿੰਦੇ ਕਿ ਕੋਈ ਐਸਾ ਸੌਖਾ ਕੰਮ, ਕੋਈ ਐਸਾ ਸੌਖਾ ਸ਼ਬਦ ਦੱਸੋ ਜਿਹਦੇ ਨਾਲ ਸਾਡੇ ਘਰ ਦੀ ਪੈਸੇ ਦੀ ਤੰਗੀ ਦੂਰ ਹੋ ਜਾਵੇ, ਸਾਡੀ ਗਰੀਬੀ ਦੂਰ ਹੋ ਜਾਵੇ, ਸਾਡੇ ਘਰ ਦੇ ਵਿੱਚ ਵੀ ਪੈਸਾ ਆਉਣਾ ਸ਼ੁਰੂ ਹੋ ਜਾਵੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਕੰਮਾਂ ਬਾਰੇ ਗੱਲ ਕਰਨ ਜਾ ਰਹੇ ਹਾਂ। ਇਹ ਤਿੰਨ ਕੰਮ, ਇਹ ਤਿੰਨ ਨੁਕਤੇ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਏ ਤਾਂ ਸਾਡੀ ਜ਼ਿੰਦਗੀ ਦੀ ਸਾਰੀ ਨਿਰਾਸ਼ਾ ਮੁੱਕ ਜਾਵੇਗੀ, ਸਾਡੀ ਜ਼ਿੰਦਗੀ ਦੀ ਗਰੀਬੀ ਕੱਟੀ ਜਾਵੇਗੀ। ਤਾਂ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ, ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਹਾਂ ਤਾਂ ਗੱਲ ਦੀ ਪੂਰੀ ਸਮਝ ਨਹੀਂ ਪੈਂਦੀ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ। ਅਤੇ ਅੱਜ ਦੀ ਵੀਡੀਓ ਦੇ ਵਿੱਚ ਜੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਹ ਕੋਈ ਵਹਿਮ ਭਰਮ ਜਾਂ ਕੋਈ ਜਾਦੂ ਟੂਣੇ ਦੀ ਗੱਲ ਨਹੀਂ ਹੈ। ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਆਪਾਂ ਤੁਹਾਨੂੰ ਹਰ ਕੰਮ ਦੇ ਵਿੱਚ, ਹਰ ਵਿਸ਼ੇ ਦੇ ਵਿੱਚ ਮੋਟੀਵੇਟ ਕਰ ਸਕੀਏ, ਤੁਹਾਡੀ ਜ਼ਿੰਦਗੀ ਦੀ ਥੋੜੀ ਬਹੁਤੀ ਨਿਰਾਸ਼ਾ, ਤੁਹਾਡਾ ਥੋੜਾ ਜਿਹਾ ਦੁੱਖ ਦੂਰ ਕਰ ਸਕੀਏ, ਤੁਹਾਨੂੰ ਤੁਹਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਵਿੱਚੋਂ ਬਾਹਰ ਆਉਣ ਦੇ ਵਿੱਚ ਥੋੜੀ ਜਿਹੀ ਮਦਦ ਮਿਲ ਜਾਵੇ। ਇਸ ਕਰਕੇ ਆਪਣੀ ਇਸ ਕੋਸ਼ਿਸ਼ ਨੂੰ ਸਫਲ ਤੁਸੀਂ ਬਣਾਉਣਾ ਹੈ। ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ ਜੀ, ਕਈ ਮਨੁੱਖ ਨੇ ਜੋ ਹਰ ਵੇਲੇ ਸੋਚਦੇ ਰਹਿੰਦੇ ਆ ਕੀ ਐਸਾ ਕਰੀਏ ਕਿ ਸਾਡੇ ਘਰ ਦੀ ਗਰੀਬੀ, ਘਰ ਦੀ ਤੰਗੀ ਕੱਟੀ ਜਾਵੇ। ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਬਦਲਾਵ ਕਰਨਾ ਚਾਹੁੰਦੇ ਆ। ਪਰ ਯਾਦ ਰੱਖਿਓ ਜੀ, ਸਿਰਫ ਸੋਚਣ ਦੇ ਨਾਲ ਜਾਂ ਫਿਰ ਚੰਗੀਆਂ ਗੱਲਾਂ ਪੜ੍ਹ ਲੈਣ ਦੇ ਨਾਲ, ਸੁਣ ਲੈਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਵ ਨਹੀਂ ਆਵੇਗਾ। ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਹਰ ਦਿਨ ਨਵੀਆਂ ਨਵੀਆਂ ਸਲਾਹਾਂ ਲੈਂਦੇ ਨੇ, ਲੋਕਾਂ ਨੂੰ ਪੁੱਛਦੇ ਫਿਰਦੇ ਨੇ ਕਿ ਅਸੀਂ ਕਿਹੜਾ ਕਾਰੋਬਾਰ ਸ਼ੁਰੂ ਕਰੀਏ, ਕਿਹੜੇ ਕੰਮ ਦੇ ਵਿੱਚ ਜ਼ਿਆਦਾ ਫਾਇਦਾ ਹੈ। ਉਹ ਬਹੁਤ ਸਾਰੀਆਂ ਸਲਾਹਾਂ ਲੈਂਦੇ ਨੇ ਪਰ ਅੱਜ ਤੱਕ ਕੋਈ ਵੀ ਕੰਮ ਧੰਦਾ, ਕੋਈ ਵੀ ਕਾਰੋਬਾਰ ਸ਼ੁਰੂ ਨਹੀਂ ਕਰ ਪਾਏ। ਕਿਉਂਕਿ ਕਈ ਵਾਰ ਬਹੁਤੀਆਂ ਸਲਾਹਾਂ ਲੈਣੀਆਂ ਵੀ ਸਾਡੇ ਲਈ ਹਾਨੀਕਾਰਕ ਹੋ ਜਾਂਦੀਆਂ ਨੇ, ਸਾਡੇ ਵਾਧੇ ਦੇ ਵਿੱਚ ਰੁਕਾਵਟ ਬਣ ਜਾਂਦੀਆਂ ਨੇ। ਕਿਉਂਕਿ ਫਿਰ ਜਿੰਨੀਆਂ ਸਲਾਹਾਂ ਲੈਂਦੇ ਆ ਮਨ ਟਿਕਦਾ ਨਹੀਂ ਆ। ਇੱਕ ਦੀ ਸਲਾਹ ਲਈ ਉਹ ਚੰਗੀ ਲੱਗੀ ਸੀ, ਅਗਲੇ ਦਿਨ ਦੂਸਰੇ ਦੀ ਸਲਾਹ ਲਈ ਤਾਂ ਪਿਛਲੀ ਸਲਾਹ ਮਾੜੀ ਲੱਗਣ ਲੱਗ ਗਈ, ਇਹ ਚੰਗੀ ਲੱਗਣ ਲੱਗ ਗਈ। ਇਸ ਕਰਕੇ ਆਪਾਂ ਸਹੀ ਫੈਸਲੇ ਦੇ ਉੱਤੇ ਪਹੁੰਚ ਨਹੀਂ ਪਾਉਂਦੇ। ਤਾਂ ਪਹਿਲਾ ਕੰਮ ਤਾਂ ਜ਼ਿਆਦਾ ਸੋਚਣਾ ਛੱਡਣਾ ਹੈ। ਕਿਉਂਕਿ ਜਿਹੜੇ ਲੋਕ ਅਤੀਤ ਬਾਰੇ ਸੋਚਦੇ ਰਹਿੰਦੇ ਨੇ ਜਾਂ ਫਿਰ ਆਉਣ ਵਾਲੇ ਭਵਿੱਖ ਬਾਰੇ ਸੋਚਦੇ ਨੇ ਨਾ, ਉਹਨਾਂ ਦਾ ਵਰਤਮਾਨ ਅਤੇ ਭਵਿੱਖ ਦੋਵੇਂ ਹੀ ਖਰਾਬ ਹੋ ਜਾਂਦੇ ਨੇ। ਇਸ ਕਰਕੇ ਆਪਾਂ ਨਾ ਅਤੀਤ ਬਾਰੇ ਜ਼ਿਆਦਾ ਸੋਚਣਾ ਹੈ ਨਾ ਹੀ ਭਵਿੱਖ ਬਾਰੇ। ਕਿਉਂਕਿ ਹੋ ਸਕਦਾ ਹੈ ਅਤੀਤ ਦੇ ਵਿੱਚ ਸਾਡੇ ਕੋਲ ਬਹੁਤ ਸਾਰਾ ਪੈਸਾ ਹੋਵੇ, ਜਾਂ ਫਿਰ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਬਹੁਤ ਸਾਰਾ ਪੈਸਾ ਹੋਵੇ, ਅਸੀਂ ਧਨਵਾਨ ਹੋਈਏ। ਪਰ ਸਾਨੂੰ ਅਤੀਤ ਅਤੇ ਭਵਿੱਖ ਦਾ ਕੋਈ ਲਾਭ ਨਹੀਂ ਆ, ਕਿਉਂਕਿ ਅਸੀਂ ਅੱਜ ਵਿੱਚ ਹਾਂ। ਅਸੀਂ ਅੱਜ ਦੀਆਂ ਸਥਿਤੀਆਂ, ਅੱਜ ਦੇ ਹਾਲਾਤਾਂ ਦੇ ਵਿੱਚ ਰਹਿ ਕੇ ਸੋਚਣਾ ਹੈ, ਅੱਜ ਦੇ ਹਾਲਾਤਾਂ ਨੂੰ ਠੀਕ ਕਰਨਾ ਹੈ। ਇਸ ਕਰਕੇ ਨਾ ਵਰਤਮਾਨ ਦੇ ਵਿੱਚ ਰਹਿਣਾ ਹੈ। ਵਰਤਮਾਨ ਦੇ ਵਿੱਚ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਹੈ ਉਹਦੇ ਹਿਸਾਬ ਦੇ ਨਾਲ ਆਪਾਂ ਫੈਸਲੇ ਲੈਣੇ ਆ। ਤਾਂ ਫਿਰ ਪਹਿਲੀ ਸਲਾਹ ਤਾਂ ਇਹੀ ਆ ਕਿ ਬਹੁਤਾ ਸੋਚਣਾ ਛੱਡ ਕੇ ਕੋਈ ਵੀ ਕੰਮ ਧੰਦਾ ਸ਼ੁਰੂ ਜ਼ਰੂਰ ਕਰਨਾ ਹੈ, ਕਿਉਂਕਿ ਜ਼ਿਆਦਾ ਸੋਚਣ ਦੀ ਆਦਤ ਵੀ ਸਾਨੂੰ ਨਾਕਾਮਯਾਬ ਅਤੇ ਨਿਰਾਸ਼ ਬਣਾ ਦਿੰਦੀ ਆ। ਤਾਂ ਇਸ ਕਰਕੇ ਇਹ ਬਹੁਤਾ ਸੋਚਣ ਦੀ ਆਦਤ ਨੂੰ ਛੱਡ ਕੇ ਅੱਜ ਤੋਂ ਹੀ ਇਹ ਤਿੰਨ ਨੁਕਤੇ, ਇਹ ਤਿੰਨ ਕੰਮ ਕਰਨੇ ਸ਼ੁਰੂ ਕਰਨੇ ਆ। ਪਹਿਲਾ ਕੰਮ, ਸਭ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ, ਕਿਉਂਕਿ ਜਦੋਂ ਅਸੀਂ ਗੁਰੂ ਦੇ ਨਾਲ, ਗੁਰਬਾਣੀ ਦੇ ਨਾਲ ਜੁੜਦੇ ਹਾਂ, ਆਪਣੇ ਗੁਰੂ ਦਾ ਗਿਆਨ ਹਾਸਲ ਕਰਦੇ ਹਾਂ ਤਾਂ ਸਾਡਾ ਮਨ ਮਜ਼ਬੂਤ ਹੁੰਦਾ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ। ਜੋ ਵੀ ਮਨੁੱਖ ਜਿਸ ਵੀ ਧਰਮ ਦੇ ਵਿੱਚ ਆ, ਆਪਣੇ ਦਿਨ ਦੀ ਸ਼ੁਰੂਆਤ ਆਪਣੇ ਗੁਰੂ ਦੇ ਨਾਮ ਤੋਂ ਕਰੇ, ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਕੇ ਦਿਨ ਦੀ ਸ਼ੁਰੂਆਤ ਕਰੇ। ਅਤੇ ਜੋ ਸਿੱਖ ਧਰਮ ਦੇ ਵਿੱਚ ਨੇ ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ। ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਹਾਂ ਤਾਂ ਅਸੀਂ ਕੁਦਰਤੀ ਰੂਪ ਦੇ ਵਿੱਚ ਹੀ ਤਨ ਮਨ ਦੇ ਪੱਖੋਂ ਮਜ਼ਬੂਤ ਹੋ ਜਾਂਦੇ ਹਾਂ। ਤਾਂ ਇਸ ਕਰਕੇ ਪਹਿਲਾ ਕੰਮ ਤਾਂ ਇਹੋ ਕਰਨਾ ਹੈ
ਕਿ ਆਪਾਂ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਉਣੀ ਆ, ਭਾਵ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠਣਾ ਹੈ, ਅਤੇ ਦੂਸਰੀ ਕਿ ਆਪਣੇ ਦਿਨ ਦੀ ਸ਼ੁਰੂਆਤ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਤੋਂ ਕਰਨੀ ਆ। ਜਦੋਂ ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਸਾਡੇ ਜੀਵਨ ਦੇ ਵਿੱਚ ਆ ਗਿਆ ਨਾ, ਤਾਂ ਸਾਡੇ ਤਰੱਕੀ ਦੇ ਰਾਹ ਆਪਣੇ ਆਪ ਖੁੱਲ੍ਹ ਜਾਣੇ ਆ, ਕਿਉਂਕਿ ਇਹ ਵਿਸ਼ੇ ਵਿਕਾਰਾਂ ਦੀ ਮੈਲ ਆ ਜੋ ਸਾਡੇ ਮਨ ਦੇ ਉੱਤੇ ਜੰਮੀ ਪਈ ਆ, ਜੋ ਸਾਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਾਲੇ ਰਸਤੇ ਦਿਸਣ ਨਹੀਂ ਦਿੰਦੀ। ਇਸ ਕਰਕੇ ਜਦੋਂ ਹੀ ਆਪਾਂ ਨਾਮ ਦੇ ਨਾਲ ਜੁੜਾਂਗੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਰੇ ਰਸਤੇ ਕਲੀਅਰ ਹੋ ਜਾਣੇ ਨੇ, ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਣ ਵਾਲੇ ਰਸਤੇ ਸਾਫ਼ ਸਾਫ਼ ਨਜ਼ਰ ਆਉਣਗੇ। ਜੇ ਕਿਤੇ ਉਹ ਰਸਤੇ ਬੰਦ ਵੀ ਹੋਏ ਨਾ, ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਰੇ ਹੀ ਰਸਤੇ ਸਾਡੇ ਲਈ ਖੁੱਲ੍ਹ ਜਾਣਗੇ, ਸਾਰੇ ਰਾਹ ਖੁੱਲ੍ਹ ਜਾਣਗੇ। ਕਿਉਂਕਿ ਜ਼ਿੰਦਗੀ ਦੇ ਵਿੱਚ ਸੁੱਖ ਹਾਸਲ ਕਰਨ ਦੇ ਲਈ ਨਾ, ਸਤਿਗੁਰ ਸੱਚੇ ਪਾਤਸ਼ਾਹ ਦੀ ਨਿਗਾਹ ਸਵੱਲੀ ਹੋਣੀ ਬਹੁਤ ਜ਼ਰੂਰੀ ਆ। ਭਾਵੇਂ ਆਪਾਂ ਦੁਨੀਆਂ ਦੇ ਸਾਰੇ ਸੁੱਖ ਪਦਾਰਥ ਖਰੀਦ ਲਈਏ, ਉਹਨਾਂ ਸੁੱਖਾਂ ਦਾ ਸੁੱਖ ਨਹੀਂ ਮਾਣ ਸਕਦੇ ਜਿੰਨੀ ਦੇਰ ਤੱਕ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਤਾਂ ਮਾੜੇ ਲੇਖ ਮਾੜੇ ਕਰਮ ਵੀ ਕੱਟੇ ਜਾਂਦੇ ਆ। ਇਸ ਕਰਕੇ ਪਹਿਲਾ ਕੰਮ ਤਾਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾਉਣਾ ਹੈ ਕਿ ਦੁੱਖ ਹੋਵੇ ਚਾਹੇ ਸੁੱਖ ਹੋਵੇ, ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਹੈ, ਆਪਣੇ ਗੁਰੂ ਦਾ ਗਿਆਨ ਹਾਸਲ ਕਰਨਾ ਹੈ। ਅਤੇ ਉਸ ਤੋਂ ਬਾਅਦ ਆ ਦੂਸਰਾ ਕੰਮ ਕਿ ਜੋ ਵੀ ਸੋਚਿਆ ਹੈ ਉਹ ਕੰਮ ਸ਼ੁਰੂ ਕਰੋ। ਇਹ ਨਹੀਂ ਆ ਕਿ ਸਵੇਰੇ ਕਰਾਂਗੇ ਪਰਸੋਂ ਕਰਾਂਗੇ, ਕੋਈ ਵੀ ਕੰਮ ਕੱਲ ਤੇ ਨਹੀਂ ਟਾਲਣਾ। ਜੋ ਵੀ ਕਰਨਾ ਚਾਹੁੰਦੇ ਆ ਨਾ, ਉਹਦੀ ਸ਼ੁਰੂਆਤ ਕਰੋ, ਕਿਉਂਕਿ ਜੇ ਸੋਚਦੇ ਰਹੇ ਤਾਂ ਕੱਲ ਕਦੇ ਨਹੀਂ ਆਉਣਾ। ਜਦੋਂ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਕੇ ਅਰਦਾਸ ਬੇਨਤੀ ਕਰਕੇ ਕੰਮ ਕਾਰ ਦੀ ਸ਼ੁਰੂਆਤ ਕਰਾਂਗੇ ਨਾ, ਤਾਂ ਰਸਤੇ ਆਪਣੇ ਆਪ ਹੀ ਦਿਸਣੇ ਸ਼ੁਰੂ ਹੋ ਜਾਣਗੇ। ਤੇ ਜੇਕਰ ਹੱਥ ਦੇ ਉੱਤੇ ਹੱਥ ਧਰ ਕੇ ਬੈਠੇ ਰਹੇ, ਥੋੜੇ ਹਾਲਾਤ ਠੀਕ ਹੋ ਜਾਣ, ਫਿਰ ਕੰਮ ਕਾਰ ਸ਼ੁਰੂ ਕਰਾਂਗੇ, ਤਾਂ ਏਦਾਂ ਆਪਾਂ ਕੋਈ ਵੀ ਕੰਮ ਨਹੀਂ ਕਰ ਸਕਦੇ। ਜੋ ਸੋਚਿਆ ਹੈ ਉਹਦੀ ਸ਼ੁਰੂਆਤ ਕਰ ਦਿਓ। ਜਦੋਂ ਅਸੀਂ ਹਿੰਮਤ ਹੌਸਲੇ ਦੇ ਨਾਲ ਸ਼ੁਰੂਆਤ ਕਰਾਂਗੇ, ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਬਾਂਹ ਜ਼ਰੂਰ ਫੜਨਗੇ, ਸਾਨੂੰ ਸਾਡੇ ਕੰਮਾਂ ਦੇ ਵਿੱਚ ਸਫਲ ਬਣਾਉਣਗੇ। ਅਤੇ ਜੋ ਵੀ ਕੰਮ ਕਾਰ ਕਰਨਾ ਹੈ ਪੱਕੇ ਇਰਾਦੇ ਦੇ ਨਾਲ ਕਰਨਾ ਹੈ ਕਿ ਹਾਂ ਇਹਨੂੰ ਮੈਂ ਸ਼ੁਰੂ ਕੀਤਾ ਹੈ ਤਾਂ ਇਹਨੂੰ ਪੂਰਾ ਵੀ ਕਰਾਂਗਾ। ਆਪਣੇ ਕੰਮ ਦੇ ਵਿੱਚ ਲਗਾਤਾਰਤਾ ਬਣਾਈ ਰੱਖਣੀ ਆ, ਆਪਣੇ ਕੰਮ ਕਾਰ ਦੇ ਵਿੱਚ ਰੱਜ ਕੇ ਮਿਹਨਤ ਕਰਨੀ, ਚਾਅ ਦੇ ਨਾਲ ਉਤਸ਼ਾਹ ਦੇ ਨਾਲ ਮਿਹਨਤ ਕਰਨੀ ਆ, ਕਿਉਂਕਿ ਉਹ ਕੰਮਾਂ ਦੀ ਸਫਲਤਾ ਹੋਰ ਵੱਧ ਜਾਂਦੀ ਹੈ ਜਿਹੜੇ ਕੰਮ ਨੂੰ ਆਪਾਂ ਚਾਅ ਨਾਲ ਕਰਦੇ ਹਾਂ, ਉਤਸ਼ਾਹ ਨਾਲ ਕਰਦੇ ਹਾਂ, ਮਨ ਲਾ ਕੇ ਕਰਦੇ ਹਾਂ। ਤਾਂ ਜੋ ਵੀ ਕੰਮ ਕਾਰ ਸ਼ੁਰੂ ਕੀਤਾ ਆਪਣੇ ਵੱਲੋਂ 100% ਦੇਣਾ ਹੈ। ਅਤੇ ਤੀਸਰਾ ਕੰਮ ਨਾਲ ਦੀ ਨਾਲ ਸਿੱਖਦੇ ਰਹਿਣਾ ਹੈ। ਜੋ ਵੀ ਕੰਮ ਕਾਰ ਕਰਦੇ ਹਾਂ ਕਦੇ ਵੀ ਇਹ ਨਹੀਂ ਕਹਿਣਾ ਕਿ ਹਾਂ ਮੈਨੂੰ ਇਹਦੇ ਬਾਰੇ ਸਾਰਾ ਗਿਆਨ ਆ ਗਿਆ ਹੈ, ਬਸ ਹੁਣ ਮੈਨੂੰ ਸਿੱਖਣ ਦੀ ਲੋੜ ਨਹੀਂ। ਸਿੱਖਦੇ ਰਹਿਣਾ ਹੈ, ਜਿੰਨਾ ਹੀ ਸਿੱਖਾਂਗੇ ਉਨਾ ਹੀ ਅੱਗੇ ਵਧਾਂਗੇ। ਬਸ ਇਹ ਤਿੰਨ ਕੰਮ ਕਰਨੇ ਆ, ਪਹਿਲਾ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ, ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ, ਦੂਸਰਾ ਕਿ ਜੋ ਵੀ ਸੋਚਿਆ ਹੈ ਕੰਮ ਕਾਰ ਬਸ ਉਹਦੀ ਸ਼ੁਰੂਆਤ ਕਰੋ। ਜ਼ਿਆਦੀਆਂ ਸਲਾਹਾਂ ਲਵਾਂਗੇ ਤਾਂ ਫਿਰ ਕੰਮ ਕਾਰ ਸ਼ੁਰੂ ਨਹੀਂ ਕਰ ਪਾਵਾਂਗੇ, ਜੇ ਜ਼ਿਆਦਾ ਸੋਚਦੇ ਰਵਾਂਗੇ ਤਾਂ ਵੀ ਕੰਮ ਕਾਰ ਸ਼ੁਰੂ ਨਹੀਂ ਕਰ ਪਾਵਾਂਗੇ। ਜੋ ਸੋਚਿਆ ਹੈ ਬਸ ਉਹਦੀ ਸ਼ੁਰੂਆਤ ਕਰ ਦਿਓ। ਕੀਤੀ ਹੋਈ ਸ਼ੁਰੂਆਤ ਦੇ ਵਿੱਚ ਲਗਾਤਾਰਤਾ ਜ਼ਰੂਰੀ ਆ, ਮਿਹਨਤ ਜ਼ਰੂਰੀ ਆ, ਚਾਅ ਅਤੇ ਉਤਸ਼ਾਹ ਜ਼ਰੂਰੀ ਆ, ਤਾਂ ਫਿਰ ਉਸ ਕੰਮ ਦੇ ਵਿੱਚ ਸਫਲਤਾ ਜ਼ਰੂਰ ਮਿਲੇਗੀ। ਉਹ ਸਫਲਤਾ ਹੋਰ ਦੁੱਗਣੀ ਚੁੱਗਣੀ ਹੋ ਜਾਵੇਗੀ ਜਦੋਂ ਅਸੀਂ ਆਪਣੇ ਕੰਮ ਬਾਰੇ ਆਪਣੇ ਕਿੱਤੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਦੇ ਰਵਾਂਗੇ, ਭਾਵ ਕਿ ਕੁੱਝ ਨਾ ਕੁੱਝ ਨਵਾਂ ਸਿੱਖ ਕੇ ਆਪਣੇ ਕੰਮ ਦੇ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਐਡ ਕਰਾਂਗੇ। ਤਾਂ ਬਸ ਸਿੱਖਦੇ ਰਹਿਣਾ ਹੈ, ਸਿੱਖਣ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ, ਸਿੱਖਣਾ ਕਦੇ ਨਹੀਂ ਛੱਡਣਾ।